ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕਿਸੇ ਨਾ ਕਿਸੇ ਤਰੀਕੇ ਅਜਿਹੀਆਂ ਹਰਕਤਾਂ ਸਾਹਮਣੇ ਆ ਹੀ ਜਾਂਦੀਆਂ ਨੇ ਜਿਸ ਦੇ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਪਹੁੰਚਦੀ ਹੈ, ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਦੀ ਹੈ। ਅਤੇ ਹਾਲ ਹੀ ਦੇ ਵਿੱਚ ਐਮਾਜ਼ੋਨ 'ਤੇ ਵਿਕ ਰਹੇ ਬਾਥਰੂਮ ਰਗਜ਼ ਨੂੰ ਲੈ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਬੁਰੀ ਤਰ੍ਹਾਂ ਆਹਤ ਹੋਈਆਂ ਨੇ, ਕਿਉਂਕਿ ਇਸ ਰਗਜ਼ ਦੇ ਉੱਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਬਣੀ ਹੋਈ ਹੈ। ਤੁਸੀਂ ਵੇਖ ਸਕਦੇ ਹੋ ਕਿ ਟੋਇਲਟ ਸੀਟ ਦੇ ਉੱਤੇ ਅਤੇ ਹੇਠਾਂ ਰੱਖੇ ਫੁੱਟ ਮੈਟਾਂ 'ਤੇ ਦਰਬਾਰ ਸਾਹਿਬ ਦੀ ਤਸਵੀਰ ਬਣੀ ਹੋਈ ਹੈ। ਅਤੇ ਇਹ ਤਸਵੀਰ ਜਿਸਨੇ ਵੀ ਇਹਨਾਂ ਰਗਜ਼ ਦੇ ਉੱਤੇ ਛਾਪੀ ਹੈ, ਉਸਨੂੰ ਛਾਪਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਸ ਦੇ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਕਿੱਦਾਂ ਵਲੂੰਦਰੀਆਂ ਜਾਣਗੀਆਂ, ਕਿਉਂਕਿ ਸਿੱਖ ਕੌਮ ਆਪਣੇ ਇਸ਼ਟ ਦੀ ਬੇਅਦਬੀ ਹੁੰਦਿਆਂ ਕਦੇ ਨਹੀਂ ਵੇਖ ਸਕਦੀ। ਅਤੇ ਸ਼੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਲਈ ਉਸਦਾ ਮੱਕਾ ਹੈ, ਮਦੀਨਾ ਹੈ, ਸਭ ਕੁਝ ਹੈ। SGPC ਨੇ ਵੀ ਇਸਦਾ ਕੜਾ ਨੋਟਿਸ ਲਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਸਾਫ ਕਰ ਦਿੱਤਾ ਕਿ ਜਿਸ ਵੀ ਕੰਪਨੀ ਨੇ ਇਹ ਬਣਾਇਆ ਹੈ ਅਤੇ ਵੇਚਣ ਵਾਸਤੇ ਲਾਇਆ ਹੈ, ਉਸ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਏਗੀ। ਉਧਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਇਸ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਕਿ ਕੋਈ ਕੰਪਨੀ ਹੈ ਜਿਹੜੀ ਇੱਕ ਮੈਟ ਬਣਾ ਰਹੀ ਹੈ ਅਤੇ ਉਸ ਮੈਟ ਦੇ ਉੱਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਛਾਪੀ ਹੈ, ਫੁੱਟ ਮੈਟ ਹੈ ਇਹ, ਅਤੇ ਐਮਾਜ਼ੋਨ ਜਿਹੜਾ ਹੈਗਾ ਉਹ ਇਸ ਮੈਟ ਨੂੰ ਵੇਚ ਰਿਹਾ ਹੈਗਾ। ਅਤੇ ਰਾਤ ਹੀ ਜਦੋਂ ਮਾਮਲਾ ਧਿਆਨ 'ਚ ਆਇਆ ਅਤੇ ਉਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਟ ਬਣਾਉਣ ਵਾਲੀ ਕੰਪਨੀ ਅਤੇ ਉਸ ਪ੍ਰੋਡਕਟ ਨੂੰ ਵੇਚਣ ਵਾਲੀ ਕੰਪਨੀ ਜਿਹੜੀ ਐਮਾਜ਼ੋਨ ਹੈ ਉਹਨਾਂ ਦੋਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਕਹਿ ਦਿੱਤਾ ਹੈ ਔਰ ਬਿਲਕੁਲ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਬੜਾ ਵੱਡਾ ਇਹਨਾਂ ਨੇ ਅਪਰਾਧ ਕੀਤਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਜਿਹੜੀ ਹੈ ਉਹ ਵੀ ਫੁੱਟ ਮੈਟ ਦੇ ਉੱਤੇ ਬਣਾਈ ਹੈ, ਇਹਦੇ ਨਾਲ ਸਿੱਖ ਭਾਵਨਾਵਾਂ ਜਿਹੜੀਆਂ ਨੇ ਉਹ ਆਹਤ ਹੋਈਆਂ ਨੇ ਅਤੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਵਾਈ ਜਾਏਗੀ। ਬਿਲਕੁਲ, ਇਹ ਅਸੀਂ ਕੰਪਲੇਂਟ ਕੀਤੀ ਆ ਐਮਾਜ਼ੋਨ ਇੰਡੀਆ ਦੇ ਖਿਲਾਫ ਔਰ ਐਮਾਜ਼ੋਨ ਕੈਨੇਡਾ ਦੇ ਖਿਲਾਫ। ਐਮਾਜ਼ੋਨ ਕੈਨੇਡਾ ਦੇ ਅੰਦਰ ਇਹ ਜਿਹੜਾ ਮੈਟ ਆ ਜਿਸ ਨੂੰ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਪਿਕਚਰ ਆ, ਇਹ 3 ਪੀਸ ਦਾ ਬਾਥਰੂਮ ਰੱਗ ਜਿਹੜਾ ਹੈ ਇਹਦੇ 'ਤੇ ਸ਼੍ਰੀ ਦਰਬਾਰ ਸਾਹਿਬ ਦੀ ਉਹਨਾਂ ਨੇ ਫੋਟੋ ਲਗਾ ਕੇ ਔਰ ਇਸਨੂੰ ਵੇਚਣਾ ਕੀਤਾ ਵੇਚਣ ਵਾਸਤੇ ਲਗਾਇਆ। ਜਿੱਥੇ ਅਸੀਂ ਕੱਲ੍ਹ ਦਾ ਉਹਨਾਂ ਨੂੰ ਲੀਗਲ ਨੋਟਿਸ ਭੇਜਿਆ, ਉਹਨਾਂ ਦੇ ਆਫਿਸ਼ੀਅਲ ਹੈਂਡਲਸ 'ਤੇ ਟਵੀਟ ਕਰਕੇ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਇਹ ਬੜਾ ਵੱਡਾ ਗੁਨਾਹ ਔਰ ਪਾਪ ਕੀਤਾ ਹੈ, ਜਿਹਦੇ ਖਿਲਾਫ 295A ਦਾ ਸਾਡੇ ਦੇਸ਼ ਦੇ ਅੰਦਰ ਮੁਕੱਦਮਾ ਚੱਲਦਾ, ਦੈਟਸ ਅ ਕ੍ਰਿਮੀਨਲ ਓਫੈਂਸ, ਧਾਰਮਿਕ ਕਿਸੇ ਵੀ ਚੀਜ਼ ਦੀ ਬੇਅਦਬੀ ਕਰਨੀ, ਔਰ ਕੈਨੇਡਾ ਦੇ ਅੰਦਰ ਹੋਇਆ ਹੈ। ਇਸ ਕਰਕੇ ਅਸੀਂ ਉੱਥੋਂ ਦੇ CO ਨੂੰ ਉਹਨਾਂ ਦੇ ਔਰ ਇੰਟਰਨੈਸ਼ਨਲ CO ਨੂੰ ਉਹਨਾਂ ਦੇ ਨੂੰ ਭੇਜੀ ਆ ਇਹ ਕੰਪਲੇਂਟ ਲਿਖ ਕੇ, ਨੋਟਿਸ ਭੇਜਿਆ ਉਹਨਾਂ ਨੂੰ ਕਿ ਤੁਹਾਡੇ ਖਿਲਾਫ ਕ੍ਰਿਮੀਨਲ ਕਾਰਵਾਈ ਕਰਾਂਗੇ, ਇਹਨੂੰ ਤੁਰੰਤ ਤੋਂ ਵਾਪਸ ਕਰੋ। ਇਹ ਇੱਕ ਬਹੁਤ ਵੱਡਾ ਪਾਪ ਉਹਨਾਂ ਨੇ ਕੀਤਾ ਹੈ ਔਰ ਖਾਲੀ ਇਹ ਵਾਪਸ ਹੀ ਨਹੀਂ ਹੋਣਾ ਚਾਹੀਦਾ, ਇਹਦੇ 'ਤੇ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਹੜਾ ਕੇਵਲ ਸਿੱਖਾਂ ਲਈ ਨਹੀਂ ਦੁਨੀਆ ਭਰ ਦੇ ਸ਼ਰਧਾਲੂਆਂ ਵਾਸਤੇ ਅਧਿਆਤਮਿਕਤਾ ਦਾ ਸੋਮਾ ਵਾ, ਸਿੱਖੀ ਦਾ ਕੇਂਦਰ ਆ, ਸਿੱਖਾਂ ਵਾਸਤੇ ਇਹ ਹਰ ਸਮੇਂ ਪ੍ਰੇਰਨਾ ਸਰੋਤ ਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਧੂੜੀ ਆ ਉਹ ਲਕਾਈ ਮਸਤਕ ਨੂੰ ਲਾਉਣ ਲਈ ਤਰਸਦੀ ਆ, ਅਤੇ ਅਜਿਹੇ ਪਾਵਨ ਪਵਿੱਤਰ ਸਥਾਨ ਦੀ ਜਿਹੜੀ ਤਸਵੀਰ ਆ ਡੋਰਮੈਟ 'ਤੇ ਲਾਉਣੀ, ਟੋਇਲਟ ਸੀਟਾਂ 'ਤੇ ਲਗਾਉਣੀ ਬਹੁਤ ਹੀ ਘਿਣਾਉਣਾ ਅਪਰਾਧ ਆ। ਇਹ ਐਮਾਜ਼ੋਨ ਕੰਪਨੀ ਨੇ IT ਪ੍ਰਿੰਟ ਵਿੰਗ ਵੱਲੋਂ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਇਹ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਇਤਰਾਜ਼ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਲੀਗਲ ਨੋਟਿਸ ਦੇ ਦਿੱਤਾ ਵਾ। ਲੀਗਲ ਨੋਟਿਸ ਦੇਣ ਦੇ ਨਾਲ ਨਾਲ ਜੇਕਰ ਇਹਨਾਂ ਨੇ ਇਸ਼ਤਿਹਾਰ 'ਤੇ ਆਪਣੀ ਸੇਲ ਬੰਦ ਨਾ ਕੀਤੀ
ਅਸੀਂ ਸਿਵਲ ਤੇ ਜਿਹੜਾ ਫੌਜਦਾਰੀ ਮੁਕਦਮਾ ਵੀ ਇਹਨਾਂ ਤੇ ਕਰਾਂਗੇ। ਗੁਰੂ ਪਿਆਰਿਓ, ਅਜਿਹੀ ਹਰਕਤ ਕੋਈ ਪਹਿਲੀ ਵਾਰ ਨਹੀਂ ਹੋਈ। ਗੱਲ ਚਾਹੇ ਪਾਣੀ ਦੀਆਂ ਬੋਤਲਾਂ ਦੀ ਹੋਵੇ, ਫਲੋਰ ਟਾਈਲਾਂ ਦੀ ਜਾਂ ਬਾਥਰੂਮ ਰਕਸ ਦੀ, ਕੁਝ ਕੁਝ ਸਮੇਂ ਬਾਅਦ ਅਜਿਹੀਆਂ ਹਰਕਤਾਂ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ ਕਿ ਜਿਸ ਸਥਾਨ ਨੂੰ ਅਸੀਂ ਗੁਰੂ ਘਰ ਕਹਿੰਦੇ ਹਾਂ, ਜਿਨ੍ਹਾਂ ਇਸ਼ਟਾਂ ਨੂੰ ਅਸੀਂ ਮੰਨਦੇ ਹਾਂ, ਕਿਸੇ ਵੀ ਸਮੁਦਾਇ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਵਾਸਤੇ ਹਰ ਕੁਝ ਸਮੇਂ ਬਾਅਦ ਅਜਿਹੀਆਂ ਹਰਕਤਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਅਤੇ ਅਜਿਹੀਆਂ ਤਸਵੀਰਾਂ ਨਸ਼ਰ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਕਿਸੇ ਇੱਕ ਸਮੁਦਾਇ ਦੀਆਂ ਧਾਰਮਿਕ ਭਾਵਨਾਵਾਂ ਬੁਰੀ ਤਰ੍ਹਾਂ ਆਹਤ ਹੁੰਦੀਆਂ ਨੇ। ਪਰ ਹੁਣ SGPC ਅਤੇ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲੀ ਜਿਹੜੀ ਮਰਜ਼ੀ ਵੱਡੀ ਤੋਂ ਵੱਡੀ ਕੰਪਨੀ ਕਿਉਂ ਨਾ ਹੋਵੇ, ਉਸ ਦੇ ਉੱਤੇ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਦੀ ਹਿੰਮਤ ਨਾ ਪੈ ਸਕੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਇਸ ਤਰੀਕੇ ਕਿਤੇ ਵੀ ਨਸ਼ਰ ਕਰਨ ਦੀ, ਛਾਪਣ ਦੀ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।